ਇੱਥੇ ਮੇਰੀ ਗੱਡੀ ਦੇ ਵਿੱਚੋਂ 100 ਪੇਟੀ ਸਾਰੀ ਬਾਹਰ ਹੀ ਬਾਕੀ ਗੱਡੀ ਦੇ ਵਿੱਚ ਗੱਡੀ ਖਾਲੀ ਕਰਤੀ ਸਾਰੀ ਪਰ ਇਹ ਥੋੜਾ ਪਤਾ ਵੀ ਆ ਭੈਣ ਚੋਦ ਵੇ ਬੇਇਨਸਾਫੀ ਪੰਜਾਬ ਆ ਤੇ ਪੰਜਾਬ ਆ ਇੱਥੇ ਦੇ ਇੱਕ ਸੇਬ ਖਾਣ ਲੱਗਿਆ ਲੋਕੀ ਗਨਾਹ ਸਮਝਦੇ ਵੀ ਇਹ ਭੈਣ ਚੋ ਬੰਦੇ ਦਾ ਨੁਕਸਾਨ ਹੋ ਗਿਆ ਇਹਨਾਂ ਪਰ ਇਹ ਬੰਦਿਆਂ ਨੂੰ ਇੱਕ ਮਿੰਟ ਦੀ ਸ਼ਰਮ ਨਹੀਂ ਆਈ ਵੀ ਭੈਣ ਚੋ ਗੱਡੀ 'ਚ 1260 ਪੇਟੀਆਂ ਇੱਕ ਵੀ ਪੇਟੀ ਦਿਖਾ ਦੇ ਮੈਨੂੰ ਕੀ ਹੈਗੀ ਇੱਥੇ ਕਿੱਥੋਂ ਮੈਂ ਵਪਾਰੀ ਨੂੰ ਜਵਾਬ ਦਊਂਗਾ ਕੀ ਦਊਂਗਾ ਜਵਾਬ ਤੁਸੀਂ ਮੇਰਾ ਮਾਲ ਚੁੱਕ ਕੇ ਲੈ ਗਏ ਕੋਈ ਲੀ ਵੈਨ ਚ ਗੱਡੀ ਇੱਕ ਰਾਤ ਬਸ ਵਾਲੇ ਨੇ ਮੈਨੂੰ ਇਹੀ ਦੱਸਿਆ ਦਾ ਕਹਿੰਦਾ ਭਾਈ ਪੇਟੇ ਲਾ ਕੇ ਲੈ ਕੇ ਜਾ ਰਹੇ ਆ ਤੇ ਇੰਨੀ ਇਨਸਾਫੀ ਪੰਜਾਬ ਚ ਬਿਹਾਰ ਬਣ ਗਿਆ ਬਿਹਾਰ ਪੰਜਾਬ ਹੈ ਜਦੋਂ ਇੱਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਅਚਾਨਕ ਹੀ ਇੱਕ ਟਰੱਕ ਪਲਟ ਜਾਂਦਾ ਹੈ ਜਿਸ ਦੇ ਕਾਰਨ ਉਸ ਦੀਆਂ ਸਾਰੀਆਂ ਸੇਬਾਂ ਦੀਆਂ ਪੇਟੀਆਂ ਡਿੱਗ ਜਾਂਦੀਆਂ ਹਨ ਤੇ ਟਰੱਕ ਡਰਾਈਵਰ ਨੂੰ ਵੀ ਕੁਝ ਸੱਟਾਂ ਲੱਗ ਜਾਂਦੀਆਂ ਹਨ ਜਦੋਂ ਤੱਕ ਟਰੱਕ ਡਰਾਈਵਰ ਦਵਾਈ ਲੈਣ ਜਾਂਦਾ ਹੈ ਤੇ ਉਹ ਆ ਕੇ ਵੇਖਦਾ ਹੈ ਕਿ ਸਾਰਾ ਹੀ ਟਰੱਕ ਲੋਕਾਂ ਵੱਲੋਂ ਖਾਲੀ ਕਰ ਦਿੱਤਾ ਜਾਂਦਾ ਹੈ ਸਾਰੀਆਂ ਹੀ ਪੇਟੀਆਂ ਲੈ ਕੇ ਲੋਕ ਫਰਾਰ ਹੋ ਜਾਂਦੇ ਹਨ ਉਸ ਡਰਾਈਵਰ ਦਾ ਕਹਿਣਾ ਹੁੰਦਾ ਹੈ ਕਿ ਮੈਂ ਤਾਂ ਗਰੀਬ ਆਦਮੀ ਹਾਂ ਤੇ ਮੈਂ ਆਪਣੇ ਠੇਕੇਦਾਰ ਨੂੰ ਕੀ ਜਵਾਬ ਦੇਵਾਂਗਾ ਇਸ ਦੇ ਨਾਲ ਨਾਲ ਉਸ ਡਰਾਈਵਰ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਪੰਜਾਬ ਵਿੱਚ ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ ਲੋਕਾਂ ਨੇ ਮੇਰੀ ਮਦਦ ਕਰਨ ਦੀ ਬਜਾਏ ਮੇਰੇ ਟਰੱਕ ਵਿੱਚੋਂ ਸਾਰੀਆਂ ਹੀ ਪੇਟੀਆਂ ਚੋਰੀ ਕਰ ਲਈਆਂ ਜੋ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਹੈਲੋ ਹੈਲੋ ਅਰੇ ਭਈਆ ਇਧਰ ਯਾਰ ਗਾੜੀ ਪਲਟ ਗਈ ਇਧਰ ਪੰਜਾਬ ਦੇ ਅੰਦਰ ਹੀ ਦੇਖੋ ਇੱਕ ਪੇਟੀ ਨਹੀਂ ਛੋੜੀ ਚੋਰ ਉਠਾ ਕੇ ਲੈ ਕੇ ਸਾਰੇ ਇੱਕ ਪੇਟੀ ਨਹੀਂ ਗਣੀ ਇੱਕ ਗਾੜੀ ਮੇ ਇੱਕ ਵੀ और रोका गया लड़कों ने वीडियो बनाई एक भी पेटी नहीं छोड़ी गाड़ी में एक भी पेटी मैं दवाई लेने चला गया मेरे चोट लगी एक भी पेटी नहीं है गाड़ी में मेरे पास इतने लोग खड़े है यार ये गांव वाले दसी यार भी पेटियां ही चुकियां दसी यार अज बंदे नु इन्नी शर्म नहीं आई भी मैं भैन चो गड्डी वाले दा इन्ना नुकसान हो गया मैं की करा सबूत की दऊंगा मैं दस मैं व्यापारी नु की कहूंगा भी मेरा माल इन्ना चोरी हो गया मैनू कोई गल ਤੁਸੀਂ ਮੰਨਦੇ ਹੋ ਤੁਹਾਡੇ ਸਾਹਮਣੇ ਚੋਰੀ ਆਇਆ ਮੈਂ ਇੱਥੇ ਮੇਰੀ ਗੱਡੀ ਦੇ ਵਿੱਚੋਂ 100 ਪੇਟੀ ਸਾਰੀ ਬਾਹਰ ਹੀ ਬਾਕੀ ਗੱਡੀ ਦੇ ਵਿੱਚ ਗੱਡੀ ਖਾਲੀ ਕਰਤੀ ਸਾਰੀ ਪਰ ਇਹ ਥੋੜਾ ਪਤਾ ਵੀ ਆ ਭੈਣ ਚੋਦ ਬੇਇਨਸਾਫੀ ਪੰਜਾਬ ਆ ਤੇ ਪੰਜਾਬ ਆ ਇੱਥੇ ਦੇ ਇੱਕ ਸੇਬ ਖਾਣ ਲੱਗਿਆ ਲੋਕੀ ਗਨਾਹ ਸਮਝਦੇ ਵੀ ਇਹ ਭੈਣ ਚੋ ਬੰਦੇ ਦਾ ਨੁਕਸਾਨ ਹੋ ਗਿਆ ਇਹਨਾਂ ਪਰ ਇਹ ਬੰਦਿਆਂ ਨੂੰ ਇੱਕ ਮਿੰਟ ਦੀ ਸ਼ਰਮ ਨਹੀਂ ਆਈ ਵੀ ਭੈਣ ਚੋ ਗੱਡੀ 'ਚ 1260 ਪੇਟੀਆਂ ਇੱਕ ਵੀ ਪੇਟੀ ਦਿਖਾ ਦੇ ਮੈਨੂੰ ਕੀ ਹੈਗੀ ਇੱਥੇ ਕਿੱਥੋਂ ਮੈਂ ਵਪਾਰੀ ਨੂੰ ਜਵਾਬ ਦਊਂਗਾ ਕੀ ਦਊਂਗਾ ਜਵਾਬ ਤੁਸੀਂ ਮੇਰਾ ਮਾਲ ਚੁੱਕ ਕੇ ਲੈ ਗਏ ਗੱਡੀ ਲਈ ਵੈਨ ਚ ਗੱਡੀ ਇੱਕ ਰਾਤ ਬਸ ਵਾਲੇ ਨੇ ਮੈਨੂੰ ਇਹੀ ਦੱਸਿਆ ਦਾ ਕਹਿੰਦਾ ਭਾਈ ਪੇਟੇ ਲਾ ਕੇ ਲੈ ਕੇ ਜਾ ਰਹੇ ਆ ਇੰਨੀ ਇਨਸਾਫੀ ਪੰਜਾਬ ਚ ਬਿਹਾਰ ਬਣ ਗਿਆ ਬਿਹਾਰ ਪੰਜਾਬ ਹੈ ਦਵਾਈ ਹੁਣੇ ਲੈ ਕੇ ਆਇਆ ਮੇਰਾ ਵੀ ਨਹੀਂ ਕਿੱਥੇ ਜਾਣਾ ਡਾਕਟਰ ਨੂੰ ਫੋਨ ਲਾ ਉਹਨੂੰ ਕਿਹਾ ਵਟਸਐਪ ਨੰਬਰ ਨਹੀਂ ਹੈਗਾ ਭਾਜੀ ਆ ਤਾਂ ਕਿੰਗ ਗਰੂਪ ਚਾਹੀਦੇ ਨਾ ਆਉਂਦੇ ਭਾਈ ਕੋਈ ਮਸਲਾ ਹੱਲ ਨਹੀਂ ਜਾ ਕੇ ਨੇੜੇ ਗਾੜੀ ਕੇ ਪਾਸ ਹੀ ਇੱਕ ਵੀ ਪੇਟੀ ਡਾਕਟਰ ਗਾੜੀ ਮੈਂ ਨਹੀਂ ਬਚੀ ਲੈ ਗਏ ਲੋਕ ਉਠਾ ਉਠਾ ਕੇ ਇਤਨਾ ਪੇੜਾ ਗਰਕ ਹੋ ਗਿਆ ਲੋਕੋ ਕਾ ਇੱਕ ਵੀ ਪੇਟੀ ਪੁਲਿਸ ਸਟੇਸ਼ਨ ਹੈ ਜਾ ਰਹਾ ਹੂੰ ਪੁਲਿਸ ਸਟੇਸ਼ਨ ਹੀ ਜਾ ਰਹਾ ਹੂੰ ਮੀਡੀਆ ਵਾਲੇ ਦਾ ਨੰਬਰ ਨਹੀਂ ਹੈਗੇ ਇਹਦੇ ਮੀਡੀਆ ਕੋਲ ਨੈਟ ਪਰ ਸਰਚ ਮਾਰ ਲਿਆ ਯਾਰ ਇੱਧਰ ਥਾਣਾ ਕਿੰਨੀ ਕੁ ਦੂਰ ਬਾਈ ਕਰਨਾ ਮੂਲੇ ਪਰ ਹੈ ਵੀਰੇ ਥਾਣਾ ਤੁਹਾਨੂੰ ਮੇਰਾ ਵੀਰ ਤੁਸੀਂ ਤੇ ਗਵਾਹ ਬਣਿਆ ਹਾਂ ਹਾਂ ਚੱਲਦਾ ਤੇਰੇ ਨਾਲ ਆ ਜਾ ਉਹ ਮੈਂਬਰ ਨੂੰ ਲੈ ਜਾਓ ਉਹ ਮੈਂਬਰ ਇੱਥੇ ਹੀ ਆ ਮੈਂਬਰ ਨੂੰ 12 13 ਲੱਖ ਰੁਪਏ ਦਾ ਕਲੇਮ ਆ ਗਿਆ ਅੱਜ ਤੇ ਮਤਲਬ ਥੋੜੇ ਹੋਰ ਹੈ ਹੋਰ ਕਾ ਦੀ ਸ਼ਰਮੁੰਦੀ ਆ ਜਾ ਇਹਨੂੰ ਗੱਠ ਕੱਢ ਲਾ ਦੇ ਵੀਰੇ ਗੱਠ ਦੇ ਨਹੀਂ ਤਾਂ ਵੀਰੇ ਆਪਣਾ ਹੀ ਮਰਜ਼ੀ ਆ ਦੇ ਵੀ ਬਣਾ ਹੀ ਜਾ
दस क्या गल्ला जो गल सारी तेरे को आ गया फिर ओ देखो।